ਸਲਾਮ ਅਲੈਕਮ ਜੀ ਸਾਰੇ ਮੁਸਲਮਾਨ ਭਰਾਵੋ ਅਤੇ ਸਤਿ ਸ਼੍ਰੀ ਅਕਾਲ ਸਾਰੇ ਪੰਜਾਬੀਓ। ਐਸੀ ਅੱਜ ਆਪਦੇ ਕਣਕ ਦੇ ਫਾਰਮ ਦੇ ਵਿੱਚ ਮੌਜੂਦ ਹਾਂ ਜਨਾਬ। ਇਹ ਨੀਲਮ ਸੀਡ ਕਾਰਪੋਰੇਸ਼ਨ ਦਾ ਬੀਜ ਲੱਗਾ ਹੋਇਆ ਹੈ, ਦਿਲਕਸ਼ ਵਰਾਇਟੀ ਹੈ ਜਨਾਬ। ਇਹ ਬਾਬਾ ਜੀ ਹੈ, ਇਹਨਾਂ ਨੇ ਪਾਣੀ ਲਾਇਆ ਹੋਇਆ ਕਣਕ ਨੂੰ। ਇਹ ਵੀ ਮੁੰਡਾ ਹੈ, ਪਾਣੀ ਲਾ ਰਹੇ ਨੇ ਕਣਕ ਨੂੰ ਜਨਾਬ। ਇਹ ਬਾਬਾ ਜੀ ਹੈ ਜਿਹਨਾਂ ਨੇ ਕਣਕ ਨੂੰ ਪਾਣੀ ਲਾਇਆ। ਬਾਬਾ ਪਾਣੀ ਲਾਇਆ ਕਣਕ ਨੂੰ, ਖਾਦ ਵੀ ਸੁੱਟੀ ਹੈ ਕਿ ਕੋਈ ਨਹੀਂ? ਖਾਦ ਸੁੱਟੀ ਹੈ। ਕਿੰਨੀ ਸੁੱਟੀ ਹੈ? ਅੱਧੀ ਬੋਰੀ ਕਿਲੇ ਨੂੰ, ਅੱਧੀ ਬੋਰੀ ਯੂਰੀਆ ਸੁੱਟੀ ਆ। ਹੁਣ ਪਾਣੀ ਦੂਸਰਾ ਪਾਣੀ ਲਾਇਆ? ਦੂਸਰਾ। ਅੱਛਾ, ਅਤੇ ਪਹਿਲੇ ਕਿਵੇਂ ਥੱਲੇ ਥੁੱਲੇ ਵੀ ਖਾਦਾਂ ਪਾਈਆਂ ਵਾ? ਥੋੜਾ ਉੱਚੀ ਬੋਲੋ ਬਾਬਾ ਜੀ। ਤਿੰਨ ਬੋਰੀ ਥੱਲੇ ਪਾਈਆਂ ਨੇ। ਡੀਏਪੀ ਵੀ ਪਾਈ ਹੈ? ਉਹ ਸਾਰੇ ਵੀ ਪਾਈ ਹੈ। ਉੱਤੇ ਵੱਲ ਸੋਨਾ ਜੋਰੀ ਦੀ ਬੋਰੀ ਪਾਈ ਹੈ, ਵੱਲ ਵਾਲਾ ਦੀ ਬੋਰੀ ਵੱਲ ਪਾ ਦਿੱਤੀ ਹੁੰਦੀ, ਵੱਲ ਪੈਸੋ। ਅਤੇ ਪੋਟਾਸ਼ ਕੋਈ ਸਲਫਰ ਵੀ ਪਾਈ ਵਿੱਚ? ਹੋਰ ਲੈ ਵੱਲ ਵੱਲ ਪੈਸੋ ਨਾ, ਹਾਲੇ ਨਹੀਂ ਪਾਉਣੇ ਨਾ। ਅੱਛਾ ਅੱਛਾ, ਜੇ ਜੇ ਹਾਲੇ ਦੇ ਰਹੇ ਨਾ। ਅਤੇ ਇਹ ਤੋਂ ਬਾਅਦ ਇੱਕ ਪਾਣੀ ਹੈ, ਦੋ ਪਾਣੀ ਹੋਰ ਲੱਗਣਗੇ? ਦੋ ਪਾਣੀ, ਅਤੇ ਉਹ ਵੀ ਖਾਦ ਅੱਧੀ ਅੱਧੀ ਪਾਉਣੀ ਪੈ ਗਈ ਹੈ ਨਾਲ, ਉਹ ਮਿਸਾਲਾ ਹੀ ਪਾਉਣਾ ਨਾ, ਜਿਹੜਾ ਪੋਟਾਸ਼ ਪਾਉਣੀ ਪੈ ਗਈ ਹੈ। ਪੋਟਾਸ਼ ਪੈਸੋ ਨਾ ਵੱਲ। ਤੁਸੀਂ ਜਿੰਨੇ ਵੀ ਸਾਡੇ ਪੰਜਾਬੀ ਵੀਰ ਭਰਾ ਵਾ, ਅਗਰ ਬਿਹਤਰ ਪੈਦਾਵਾਰ ਕਣਕ ਦੀ 50 ਤੋਂ 60 ਮਨ ਤੱਕ 70 ਮਨ ਤੱਕ ਲੈਣਾ ਚਾਹੁੰਦੇ ਹੋ, ਅਤੇ ਥੱਲੇ ਪੂਰੀ DAP ਦੀ ਬੋਰੀ 10-12 ਕਿਲੋ ਕਿੱਲੇ ਦੀ ਪੋਟਾਸ਼, ਫਿਰ ਉੱਤੇ ਪਾਣੀ ਦਾ ਵਟਰਾਓ ਦਾ ਕੀਤਾ, ਪੂਰਾ ਕਿੱਲਾ ਬੋਰੀ ਯੂਰੀਆ ਪਾਈ ਆ, ਹੁਣ ਦੂਸਰਾ ਪਾਣੀ ਲੱਗ ਰਿਹਾ ਕਣਕ ਨੂੰ ਜੀ, ਲੱਗਿਆ ਅੱਧੀ ਬੋਰੀ ਹੁਣ ਪਾਈ ਆ ਯੂਰੀਆ ਦੀ, ਦੋ ਪਾਣੀ ਹੋਰ ਲੱਗਣਗੇ, ਅਤੇ ਇਹਦੇ ਵਿੱਚ ਵੀ ਬੋਰੀ ਬੋਰੀ ਯੂਰੀਆ ਦੀ ਪਾਉਣੀ ਪੈਗੀ ਲਾਜ਼ਮੀ, ਅਗਰ ਜ਼ਿਆਦਾ ਤੋਂ ਜ਼ਿਆਦਾ ਪੈਦਾਵਾਰ ਲੈਣਾ ਚਾਹੁੰਦੇ ਹੋ ਤਾਂ। ਇਹ ਬਾਬਾ ਜੀ ਵੇਖ ਸਕਦੇ ਤੁਸੀਂ, ਇਹਨਾਂ ਨੇ ਪਾਣੀ ਲਾਇਆ ਕਣਕ ਨੂੰ। ਇਹ ਕਾਫੀ ਅਰਸੇ ਤੋਂ ਇਹ ਜ਼ਿੰਮੇਦਾਰੀ ਦਾ ਕੰਮ ਕਰ ਰਹੇ ਨੇ ਬਾਬਾ ਜੀ, ਬੜੀ ਮਿਹਰਬਾਨੀ।